ਅਸੀਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਜੋ ਪੰਜਾਬ ਦੇ ਜਿੰਨੇ ਵੀ ਕੀ ਆ ਕੰਪੀਟੀਟਿਵ ਐਗਜ਼ਾਮ ਹੁਣ ਹੋਣ ਵਾਲੇ ਨੇ ਪੇਪਰ, ਉਹਨਾਂ ਲਈ ਆਪਾਂ ਨੇ ਇੱਕ ਸੀਰੀਜ਼ ਆ ਜਿਹੜੀ ਉਹ ਸਟਾਰਟ ਕੀਤੀ ਹੋਈ ਆ, ਜਿਸ ਦੇ ਵਿੱਚ ਕੀ ਆ ਮੈਥ ਦੀਆਂ ਪ੍ਰੈਕਟਿਸ ਕਲਾਸਾਂ ਆਪਾਂ ਲਗਾ ਰਹੇ ਹਾਂ। ਅਤੇ ਅੱਜ ਕੀ ਆ ਇਹ ਕਲਾਸ ਨੰਬਰ 10 ਹੋਏਗੀ, ਜਿਸ ਦੇ ਵਿੱਚ ਆਪਾਂ ਕੀ ਕਰਾਂਗੇ ਕੁਛ ਕਾਫੀ ਇੰਪੋਰਟੈਂਟ ਕੁਐਸਚਨ ਆ ਜਿਹੜੇ ਉਹ ਸੋਲਵ ਕਰਾਂਗੇ। ਸੋ ਕਲਾਸ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਬਿਨਾਂ ਟਾਈਮ ਵੇਸਟ ਕੀਤੇ ਕਲਾਸ ਕੀ ਕਰਦੇ ਹਾਂ ਆਪਾਂ ਸਟਾਰਟ ਕਰਦੇ ਹਾਂ। ਤਾਂ ਪਹਿਲਾ ਹੀ ਸਵਾਲ ਕੀ ਦਿੱਤਾ ਹੋਇਆ ਦੇਖੋ ਕਿ ਜਿਸ ਕੰਮ ਨੂੰ 12 ਆਦਮੀ 24 ਦਿਨ ਵਿੱਚ ਕਰਦੇ ਹਨ ਉਸ ਕੰਮ ਨੂੰ 8 ਆਦਮੀ ਕਿੰਨੇ ਦਿਨ ਵਿੱਚ ਕਰਨਗੇ। ਹੁਣ ਇਹ ਸਵਾਲ ਕੀ ਹੈ ਟਾਈਮ ਐਂਡ ਵਰਕ ਦਾ ਹੈ, ਜੋ ਕੀ ਆ ਤੁਹਾਡੇ ਚਾਹੇ ਪੰਜਾਬ ਪੁਲਿਸ ਕਾਂਸਟੇਬਲ ਹੋਵੇ, ਪੰਜਾਬ ਪਟਵਾਰੀ ਹੋਵੇ, ਚਾਹੇ ਪੰਜਾਬ ਜੇਲ੍ਹ ਵਾਰਡਰ ਹੋਵੇ ਜਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਹੋਵੇ, ਪੰਜਾਬ ਕਲਰਕ ਦਾ ਵੀ ਹੋਵੇ, ਹਰ ਇੱਕ ਪੇਪਰ ਦੇ ਵਿੱਚ ਕੀ ਆ ਇਹ ਟੋਪਿਕ ਦੇ ਵਿੱਚੋਂ ਕੀ ਆ ਸਵਾਲ ਹੈ ਪੁੱਛਿਆ ਜਾਂਦੇ ਆ ਇੱਕ ਜਾਂ ਦੋ ਸਵਾਲ ਆ। ਅਤੇ ਕਾਫੀ ਸੌਖਾ ਟੋਪਿਕ ਆ, ਤਾਂ ਇੱਕ ਵਾਰ ਕੀ ਕਰੋ ਕਲਾਸ ਨੂੰ ਪੌਜ਼ ਕਰੋ ਅਤੇ ਇਸ ਸਵਾਲ ਨੂੰ ਕੀ ਕਰੋ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ ਅਤੇ ਆਂਸਰ ਆ ਜਿਹੜਾ ਉਹ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਕਿ ਕਿੰਨਾ ਆਂਸਰ ਆ ਇਸਦਾ ਆਏਗਾ। ਜਿਹਨੂੰ ਨਹੀਂ ਸਮਝ ਆਇਆ ਇੱਕ ਜਾਂ ਦੋ ਵਾਰ ਕੀ ਆ ਸਟੇਟਮੈਂਟ ਨੂੰ ਹੋਰ ਪੜ੍ਹ ਲਓ। ਕੀ ਕਿਹਾ ਦੇਖੋ ਕਿ ਜਿਸ ਕੰਮ ਨੂੰ 12 ਆਦਮੀ 24 ਦਿਨ ਵਿੱਚ ਕਰਦੇ ਹਨ ਉਸ ਕੰਮ ਨੂੰ 8 ਆਦਮੀ ਕਿੰਨੇ ਦਿਨ ਦੇ ਵਿੱਚ ਕਰਨਗੇ। ਹੁਣ ਦੇਖੋ ਜਦੋਂ ਆਪਾਂ ਕੀ ਆ ਇੱਕ ਆਦਮੀ ਲਗਾਏ ਆ, ਇੱਕ ਕੀ ਆ ਉਸਨੂੰ ਕਰਨ ਦਾ ਸਮਾਂ ਜੋ ਕਿ ਦਿਨਾਂ ਦੇ ਵਿੱਚ ਦਿੱਤਾ ਹੋਇਆ, ਜੇ ਆਪਾਂ 12 ਆਦਮੀ ਲਗਾ ਰਹੇ ਹਾਂ ਤਾਂ ਕਿੰਨੇ ਦਿਨ ਲੱਗ ਗਏ ਆਪਾਂ ਨੂੰ? 24 ਦਿਨ ਲੱਗ ਗਏ। ਜੇ 8 ਆਦਮੀ ਲਗਾਵਾਂਗੇ ਤਾਂ ਕਿੰਨੇ ਦਿਨ ਨੇ ਜਿਹੜੇ ਉਹ ਲੱਗਣਗੇ? ਇਸ ਨੂੰ ਕੀ ਆ ਸੋਲਵ ਕਰਨ ਦੇ ਕਈ ਤਰੀਕੇ ਹੁੰਦੇ ਆ, ਕੋਈ ਰੇਸ਼ੋ ਪ੍ਰਪੋਰਸ਼ਨ ਨਾਲ ਕਰਵਾ ਦਿੰਦਾ ਟੀਚਰ, ਕੋਈ ਕਿਵੇਂ ਕਰਵਾ ਦਿੰਦਾ, ਪਰ ਇੱਕ ਸੌਖਾ ਤਰੀਕਾ ਕੀ ਆ ਕਿ ਆਪਾਂ ਜੇ ਬਿਲਕੁਲ ਦੇਸੀ ਤਰੀਕੇ ਨਾਲ ਕਰਨਾ ਹੋਵੇ ਕੁਛ ਵੀ ਯਾਦ ਰੱਖਣ ਦੀ ਲੋੜ ਨਹੀਂ, ਤੁਸੀਂ ਇਹ ਦੇਖ ਲਓ ਕਿ ਦਿਹਾੜੀਆਂ ਕਿੰਨੀਆਂ ਲੱਗੀਆਂ ਉਹਨਾਂ ਦੀਆਂ। 12 ਆਦਮੀਆਂ ਨੇ 24 ਦਿਨ ਕੰਮ ਕੀਤਾ, ਇੱਕ ਦਿਨ 'ਚ ਕੀ ਆ 12 ਆਦਮੀ ਕੀ ਆ ਕੰਮ ਕਰਦੇ ਆ, ਤਾਂ ਇੱਕ ਦਿਨ ਦੀਆਂ ਦਿਹਾੜੀਆਂ ਕਿੰਨੀਆਂ ਹੋ ਗਈਆਂ? 12 ਹੋ ਗਈਆਂ। 24 ਦਿਨ ਕੰਮ ਕੀਤਾ ਤਾਂ 24 × 12 ਆਪਾਂ ਕਰਾਂਗੇ ਕਿੰਨਾ ਆ ਜਾਏਗਾ? 24 × 12 ਕਰੀਏ ਜੇ ਤਾਂ ਇਹ ਬਣ ਜਾਏਗਾ 24 × 2 ਪਹਿਲਾਂ 10 ਨਾਲ ਕਰੋ 240, ਫਿਰ 24 × 2 ਨਾਲ ਕਰਾਂਗੇ 24 × 2 48 ਆ ਜਾਏਗਾ, ਤਾਂ ਇਹ ਬਣ ਜਾਏਗਾ 288। ਤਾਂ ਜਿਹੜੀਆਂ ਟੋਟਲ ਦਿਹਾੜੀਆਂ ਲੱਗ ਗਈਆਂ ਉਹ ਕਿੰਨੀਆਂ ਨੇ? 288 ਲੱਗ ਗਈਆਂ। ਹੁਣ 8 ਆਦਮੀਆਂ ਨੇ ਵੀ 288 ਦਿਹਾੜੀਆਂ ਹੀ ਪੂਰੀਆਂ ਕਰਨੀਆਂ ਨੇ, ਦੇਖਾਂਗੇ ਕਿੰਨੇ ਦਿਨਾਂ ਦੇ ਵਿੱਚ ਉਹ ਕਰਨਗੇ। ਉਹਨਾਂ ਨੂੰ ਸਮਾਂਗੀ ਹੈ 24 ਨਾਲੋਂ ਤਾਂ ਥੋੜ੍ਹਾ ਜਿਹਾ ਜ਼ਿਆਦਾ ਹੀ ਲੱਗੇਗਾ, ਇਹ ਆਪਾਂ ਨੂੰ ਕੋਮਨ ਸੈਂਸ ਨਾਲ ਹੀ ਪਤਾ। ਤਾਂ ਕੀ ਕਰੋ, ਬਸ ਇਸ ਦੇ ਨਾਲ ਕੀ ਕਰੋ, ਇਸ ਨੂੰ ਡਿਵਾਈਡ ਕਰ ਦਿਓ ਜਿੰਨੇ ਆਦਮੀ ਨੇ, ਕੱਟ ਕੇ ਕੀ ਆ ਜਾਏਗਾ ਆਂਸਰ ਆ ਜਾਏਗਾ, ਕਿੰਨਾ ਆ ਜਾਏਗਾ? ਪਹਿਲਾਂ ਕੱਟਿਆ ਜਾਏਗਾ ਇਹ 3 ਦੇ ਉੱਪਰ, ਫਿਰ 4, ਫਿਰ 48 ਆ ਜਾਏਗਾ 6 ਦੇ ਉੱਪਰ, ਮਤਲਬ ਕਿੰਨਾ ਬਣ ਜਾਏਗਾ? 36 ਬਣ ਜਾਏਗਾ, 36। ਤਾਂ 36 ਦਿਨ ਕੀ ਆ ਉਹਨਾਂ ਨੂੰ ਲੱਗ ਜਾਣਗੇ ਜੇ ਆਪਾਂ 8 ਆਦਮੀ ਲਗਾਵਾਂਗੇ ਸੇਮ ਕੰਮ ਨੂੰ ਕਰਨ ਦੇ ਲਈ। ਤਾਂ ਇਸ ਨੂੰ ਕੀ ਆ ਇਸ ਤਰੀਕੇ ਦੇ ਨਾਲ ਆਪਾਂ ਸੋਲਵ ਕਰ ਸਕਦੇ ਹਾਂ ਆਸਾਨੀ ਦੇ ਨਾਲ। ਨਹੀਂ, ਸੋਲਵ ਕਰਨ ਦਾ ਹੋਰ ਤਰੀਕਾ ਵੀ ਹੁੰਦਾ ਜਿਸ ਨੂੰ ਆਪਾਂ ਸਿੱਧਾ ਅਨੁਪਾਤ ਪੁੱਠਾ ਅਨੁਪਾਤ ਕਹਿ ਦਿੰਦੇ ਹੁੰਦੇ ਹਾਂ, ਡਾਇਰੈਕਟ ਪ੍ਰਪੋਰਸ਼ਨ, ਇਨਵਰਸ ਪ੍ਰਪੋਰਸ਼ਨ, ਪਰ ਉਸ ਦੇ ਨਾਲੋਂ ਇਹ ਮੈਥਡ ਕੀ ਆ ਜ਼ਿਆਦਾ ਈਜ਼ੀ ਮੈਨੂੰ ਲੱਗਦਾ। ਅਗਲੇ ਸਵਾਲ ਦੇ ਉੱਪਰ ਚੱਲਦੇ ਹਾਂ। ਕੀ ਕਿਹਾ ਦੇਖੋ, ਕਹਿੰਦਾ ਏ ਦੀ ਤਨਖਾਹ ਬੀ ਦੇ ਨਾਲੋਂ  25% ਜ਼ਿਆਦਾ ਹੈ, ਤਾਂ ਬੀ ਦੀ ਤਨਖਾਹ ਏ ਨਾਲੋਂ ਕਿੰਨੇ ਪ੍ਰਤੀਸ਼ਤ ਘੱਟ ਹੈ? ਕਿਵੇਂ ਇਸ ਨੂੰ ਸੋਲਵ ਕਰਾਂਗੇ? ਪਰਸੈਂਟੇਜ ਦਾ ਦੇਖੋ ਪ੍ਰਤੀਸ਼ਤ ਦਾ ਸਵਾਲ ਆ। ਕੀ ਕਿਹਾ ਕਿ ਜਿਹੜਾ ਏ ਆ ਉਸ ਦੀ ਤਨਖਾਹ ਬੀ ਦੇ ਨਾਲੋਂ ਕਿੰਨੀ ਜ਼ਿਆਦਾ ਆ? 25% ਜ਼ਿਆਦਾ ਗੀ। ਮੰਨ ਲਓ ਜੇ ਆਪਾਂ ਬੀ ਦੀ ਤਨਖਾਹ, ਕੋਸ਼ਿਸ਼ ਕਰੋ ਇੱਕ ਵਾਰ ਕੀ ਕਰੋ ਕਲਾਸ ਨੂੰ ਪੌਜ਼ ਕਰੋ ਅਤੇ ਖੁਦ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਉਸ ਤੋਂ ਬਾਅਦ ਕਲਾਸ ਨੂੰ ਕੰਟੀਨਿਊ ਕਰੋ। ਦੇਖੋ ਕਿਵੇਂ ਕਰਾਂਗੇ, ਮੰਨ ਲਓ ਜੇ ਬੀ ਦੀ ਤਨਖਾਹ ਕਿੰਨੀ ਹੋਈ 100 ਰੁਪਏ, ਤਾਂ ਏ ਦੀ ਕਿੰਨੀ ਹੋ ਗਈ? 125 ਹੋ ਗਈ, ਕਿਉਂਕਿ 100 ਦਾ 125 ਕੀ ਆ 25% ਜ਼ਿਆਦਾ ਵੈਲਿਊ ਆ ਗਈ, ਤਾਂ ਏ ਦੀ ਤਨਖਾਹ ਕਿੰਨੀ ਜ਼ਿਆਦਾ ਹੋ ਗਈ ਇੱਥੇ? +25% ਜ਼ਿਆਦਾ। ਹੁਣ ਇਹ ਪੁੱਛਿਆ ਕਿ ਬੀ ਦੀ ਤਨਖਾਹ ਏ ਦੇ ਨਾਲੋਂ ਕਿੰਨੇ ਪ੍ਰਤੀਸ਼ਤ ਘੱਟ ਹੈ? ਬੀ ਦੀ ਤਨਖਾਹ ਏ ਦੇ ਨਾਲੋਂ ਕਿੰਨੇ ਪ੍ਰਤੀਸ਼ਤ ਘੱਟ ਹੈ? ਤਾਂ ਜੇ ਤਾਂ ਆਪਾਂ ਰੁਪਇਆਂ 'ਚ ਦੇਖੀਏ ਤਾਂ ਕਿੰਨਾ ਆਏਗਾ ਇਹ? 25 ਰੁਪਏ ਹੀ ਘੱਟ ਆ, ਠੀਕ ਹੈ, ਪਰ ਡਿਫਰੈਂਸ ਕੀ ਆ ਜਾਏਗਾ? ਦੇਖੋ ਆਪਾਂ ਇੱਥੇ ਪ੍ਰਤੀਸ਼ਤ ਕਿਸ ਦੇ ਉੱਪਰ ਕੱਢਿਆ ਸੀ? 100 ਦੇ ਉੱਪਰ। ਇੱਥੇ ਪ੍ਰਤੀਸ਼ਤ ਕਿਸ ਦੇ ਉੱਪਰ ਕੱਢਾਂਗੇ? 125 ਦੇ ਉੱਪਰ, ਕਿਉਂਕਿ ਬੇਸ ਵੈਲਿਊ ਜਿਹੜੀ ਲਵਾਂਗੇ ਆਪਾਂ, ਆਧਾਰ ਮੰਨਾਂਗੇ, ਉਹ ਕੀ ਮੰਨਾਂਗੇ? 125 ਨੂੰ ਮੰਨਾਂਗੇ। ਤਾਂ 125 ਦਾ ਕਿੰਨੇ ਪ੍ਰਤੀਸ਼ਤ ਆ ਕਿਵੇਂ ਪਤਾ ਕਰ ਲਾਂਗੇ? ਇਸ ਤਰੀਕੇ ਦੇ ਨਾਲ।
पच्ची 125 का किन्ने प्रतिशत है तो प्रतिशत पता करना मल्टीप्लाई करा 100 के नाल कट के की आ जाएगा आंसर आ जाएगा 25 नाल 125 कट गया 5 के उपर 5 के नाल 100 कटांगे 20 तो मतलब किन्ना बन जाएगा 20% 20% की आ जाएगी कट आ जाएगी क्योंकि देखो 100 नालों 125 की किन्ना ज़्यादा ज़्यादा वैल्यू 25 आ पर 100 का 25 किन्ना बन रहा 25% 125 का 25 किन्ना बन रहा 20% बन रहा तो मतलब जो आंसर आएगा वह आ जाएगी डी ऑप्शन 20% तो काफ़ी इंपोर्टेंट सवाल ने यह पेपर के पहला पूछे गए सवाल ने चलते हैं अगले सवाल के उपर अगले सवाल के दिता हुआ देखो कि जे ए दा दो दिन का काम किन्ना होवे एक वटा दस होवे तां उसनू काम नू पूरा करन दे लई किन्ना समा जिहड़ा ओह लगेगा देखो एक बार की करो क्लास नू पॉज करो तो देखो किन्ना आंसर है जिहड़ा इसका आएगा तो नाल की जदों टोटल सवाल कर लैंदे हो तो अपना अपना स्कोर भी की है जरूर नीचे कॉमेंट सैक्शन के लिखा करो कि तुहाडे जे पंज सवाल होंदे तां पंज दे विचों किन्ने तुहाडे की है सही गए आ जे छे करदे आ तां छे दे विचों की आ किन्ने सवाल की है तुहाडे सही गए आ तो की आएगा देखो इसका कि जे ए कहना कि दो दिन का काम ए का दो दिन का काम किन्ना होवे एक वटा दस होवे तो उस काम को पूरा करन दे लई ए नू किन्ना समा की लगेगा दो दिन का काम किन्ना होएगा देखो उसका एक वटा दस तो एक दिन का काम किन्ना होएगा एक दिन का काम पहला आप पता करते होंगे किमें जिहड़ा ये दो आ इस दे नाल की कर देंगे डिवाइड कर देंगे डिवाइड का मतलब कि नीचे वाले नाल की हो जाएगा यह मल्टीप्लाई हो जाएगा तो मतलब कि आ जाएगा एक वटा भी तो काम को पूरा करने के लिए कितना समा लगेगा इसका की कर दें होंगे आप रेसिप्रोकल उल्ट कर्म कर दें होंगे मतलब कितना बन जाएगा यह भी दिन की आ जाएगा आंसर आ जाएगा बिल्कुल सौखा जहा सवाल आ पर की है तुहानू पता होना चाहिए कि सवाल को सॉल्व करन दा तरीका की आ तां इसका सही जवाब की आ जाएगा डी ऑप्शन भी दिन अगले सवाल के उपर चलते हैं कि क्या देखो कि तीन संख्यावां तीन अनुपात चार अनुपात पांच दे अनुपात विच हन सब तो वड्डी संख्या की ते सब तो छोटी संख्या के नालों 52 वध है मतलब जिहड़ी सब तो ज़्यादा वड्डी संख्या की सब तो वड्डी संख्या वो की सब तो छोटी संख्या के नालों कितनी ज़्यादा की 52 ज़्यादा आ मतलब उन्होंने जिहड़ा अंतर है डिफरेंस है वह कितना है 52 का 52 का तो आपने पता करनी है सब तो छोटी संख्या तो एक बार की करो क्लास में पॉज करो देखो किमें आप इस सॉल्व करा ट्राई करो उस तो बाद की करो क्लास में स्टार्ट करो हुण देखो इस किमें करा आपां पहला रेशो दे विच लै लैने कि रेशो दे विच की आ वड्डी संख्या तो छोटी संख्या की रेशो दे विच कितना फर्क आ वड्डी संख्या 5 छोटी संख्या जे रेशो च देखिए 3 तो रेशो दे विच कितनी आ 2 इहदे नाल एक्स लगाउणियां लगा लो नहीं वैसे ही आप याद रख सकते हैं कि 2 रेशो किन्ने दे बराबर है 52 दे बराबर क्योंकि रेशो दे विच कितना फर्क है 2 रेशो का असल दे विच कितना फर्क है 52 का तो मतलब एक रेशो या एक एक्स की वैल्यू कितनी हो जाएगी 52 नूं 2 दे डिवाइड करके कितना आ जाएगा 26 तो एक एक्स की वैल्यू कितनी आ गई 26 आ गई हुण पता की करना आपने छोटी संख्या सारा तो मतलब 3 एक्स पता करना तो 3 दे नाल की हो जाएगा मल्टीप्लाई 3 दी गुणा 26 दे नाल करांगे तो यह आ जाएगा 18 7 मतलब की है 78 78 आ जाएगा जो कि अगेन डी ऑप्शन के दिता हुआ डी ऑप्शन की आ जाएगा करैक्ट आंसर आ जाएगा हुण जिहड़ा लास्ट सवाल बच गया यह की है तुहाडी खुद प्रैक्टिस दे लई आ इहनू की करोगे तुसीं सॉल्व करोगे तो आंसर आ जिहड़ा नीचे कॉमेंट सैक्शन के लिखोगे तो उत्थे ही कॉमेंट के ही की करूँगा मैं इसका आंसर दूंगा एक या दो दिन के उन्ना की तुहाडे कोल टाइम आ कि पहला इसनू की करो सॉल्व करो अपने आप सिंपल जिहा सवाल आ की पुछा देखो कि किहड़ी प्रतिशत ज़्यादा वधिया है ज़्यादा वधिया की है मतलब जे इस नूं आपां ने समझना होवे कि मन लो किसी बच्चे दे 540 दे विच्चों 384 मार्क्स आ गए पेपरां दे विच्चों किसी दे किन्ने आ गए 500 दे विच्चों 425 आए किस दे किन्ने आए ने 700 दे विच्चों 570 आए ने किसी बच्चे दे 660 दे विच्चों 480 नंबर आए ने
तो आपने दसना कि किस दे प्रतिशत दे विच ज़्यादा आए ने सारों किस दे विच कटना प्रतिशत दे विच कटना तो प्रतिशत दे विच पता करना की होंदा बिल्कुल सौखा होंदा मल्टीप्लाई की कर दिंदे हुंदे आपां 100 दे नाल तो सारों 100 दे नाल की कर लो मल्टीप्लाई कर लो जिस दे प्रतिशत दे विच परसेंट दे विच ज़्यादा नंबर आ गए ज़्यादा परसेंट आ गई वैल्यू उस दे मार्क्स की ने ज़्यादा वधिया होणगे ते ओ की होगा अपना सही जवाब होगा। तो अज की क्लास के इन्ना ही तो नाल दी नाल जिवें तुहानू पता ही आ कि अपना पंजाब पुलिस कॉन्सटेबल के लिए जिहड़ा कोर्स आ वह चल रहा है 31 जुलाई तक ही एक स्पैशल ऑफर आ जिहड़ा तुहानू दिता जा रहा तो कोर्स आ जिहड़ा तुसीं खरीद सकदे हो जिस दे विच की आ तुहानू पंजाब पुलिस कॉन्सटेबल के सारे ही सबजैक्ट चाहे पंजाबी होवे चाहे कंप्यूटर होवे चाहे मैथ होवे चाहे रीजनिंग होवे चाहे GK होवे सारा ही तैयारी है जी करवाई जा रही आ जिस दे लई कि साडा एक ऐप आ MSW स्टडी जो कि तुसीं प्ले स्टोर के उपर डाउनलोड कर सकते हो डिस्क्रिप्शन की तुहानू ऐप का लिंक भी मिल जाएगा। तो जे कि तुसीं कोर्स के रिगार्डिंग कोई जानकारी चाहते हो तो साडा की आ नंबर है उस नंबर के उपर की आ कॉल करके तुसीं जिहड़ी जानकारी आ उह लै सकदे हो ठीक है। तो कोर्स के 31 जुलाई तक की आ स्पैशल ऑफर चल रहा वो की है तुम जल्दी नाल की उत्थे मतलब कि ऐप नूं डाउनलोड करो ऐप बिल्कुल फ्री आ उस दे उपर की डैमो क्लासेस भी ने डैमो क्लासा तुम देखो हर एक सबजैक्ट दियाँ जे तुहानू वधिया लगता तो कोर्स आ जिहड़ा तुसीं खरीद सकदे हो ते नाल दी नाल की जिहड़ी क्लास जे वधिया लगदी आ तो इस नूं भी अपने होर फ्रेंड अपने होर यार दोस्त मित्रां तक की जरूर शेयर करया करो क्योंकि अपने कोल हुण मौका हुण पोस्टां आईयां होईयां ने तो अपना की आ जरूर कि आपां किसे ना किसे पोस्ट दे विच की आ सिलैक्ट होईए। तो नाल दी नाल एक स्पैशल ऑफर होर चल रहा कि जे कुछ के बच्चे क्योंकि मैथ लगभग हर एक पोस्ट दे विच सेम ही हुंदा 70-80% तक तो जे तुसीं कल्ला मैथ ते GK प्लस कोर्स खरीदना चाहते हो तो वह भी कोर्स आ जिहड़ा वह चल रहा ऐप के उपर की तुसीं ऐप नूं डाउनलोड करो तुहानूं जिहड़े लेटैसट नोटिफिकेशन ने वह मिलते रहेंगे। ऐप की डाउनलोडिंग की है बिल्कुल फ्री आ फ्री दे विच की तुसीं ऐप नूं डाउनलोड आ जिहड़ा वह कर सकते हो तो कोई भी जानकारी आ वह तुसीं इस नंबर के उपर लै सकते हो। सो अज्ज दी क्लास के विच इन्ना ही मिलते हैं अगली क्लास के विच थैंक यू।